ਰੋਟੀ ਖਾਣ ਕਰੀ ਮੈਂ ਦੇਸ਼ ਦੀ ਰੱਖਿਆ ਕਰਦਾ ਡਿਊਟੀ ਤੇ ਤੈਨਾਤ ਪੰਜਾਬ ਦਾ ਇੱਕ ਫੌਜੀ ਜਵਾਨ ਸ਼ਹੀਦ ਹੋ ਗਿਆ। ਸਰਕਾਰੀ ਸਨਮਾਨਾਂ ਦੇ ਨਾਲ ਅੱਜ ਉਸਦਾ ਸੰਸਕਾਰ ਕੀਤਾ ਗਿਆ। ਤਿਰੰਗੇ ਦੇ ਵਿੱਚ ਲਿਪਟ ਕੇ ਪੰਜਾਬ ਦੇ ਫੌਜੀ ਜਵਾਨ ਦੀ ਮ੍ਰਿਤਕ ਦੇ ਉਹਨਾਂ ਦੇ ਜੱਦੀ ਪਿੰਡ ਲਿਆਂਦੀ ਗਈ। ਦੱਸ ਦਈਏ ਕਿ ਯੂਪੀ ਦੇ ਫਤਿਹਗੜ੍ਹ ਸੈਂਟਰ ਦੇ ਵਿੱਚ ਧਰਮਪ੍ਰੀਤ ਸਿੰਘ ਤੈਨਾਤ ਸੀ। ਅਚਾਨਕ ਉਸਦੀ ਸਿਹਤ ਵਿਗੜੀ, ਜਿਸ ਤੋਂ ਬਾਅਦ ਉਸਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਉਸਨੇ ਦਮ ਤੋੜ ਦਿੱਤਾ। ਫਰੀਦਕੋਟ ਦੇ ਪਿੰਡ ਭਾਗਥਲਾਂ ਦਾ ਇਹ ਫੌਜੀ ਜਵਾਨ ਰਹਿਣ ਵਾਲਾ ਸੀ ਔਰ ਇਸਦੀ ਪਤਨੀ ਗਰਭਵਤੀ ਹੈ। MLA ਗੁਰਦਿੱਤ ਸਿੰਘ ਨੇ ਦੱਸਿਆ ਕਿ ਇਸ ਦੁੱਖ ਦੀ ਘੜੀ ਦੇ ਵਿੱਚ ਪੰਜਾਬ ਸਰਕਾਰ ਫੌਜੀ ਜਵਾਨ ਦੇ ਪਰਿਵਾਰ ਦੇ ਨਾਲ ਖੜੀ ਹੈ, ਹਰ ਤਰ੍ਹਾਂ ਦੀ ਸਹਾਇਤਾ ਕੀਤੀ ਜਾਵੇਗੀ। ਦੱਸ ਦਈਏ ਕਿ ਡਿਊਟੀ ਤੇ ਤੈਨਾਤ ਪੰਜਾਬ ਦਾ ਇਹ ਇੱਕ ਫੌਜੀ ਜਵਾਨ ਸ਼ਹੀਦ ਹੋਇਆ ਹੈ। ਇਸਦੀ ਪਤਨੀ ਪ੍ਰੈਗਨੈਂਟ ਸੀ ਤਾਂ ਦੇਸ਼ ਦੀ ਰੱਖਿਆ ਕਰਦਾ ਯੂਪੀ ਦੇ ਫਤਿਹਗੜ੍ਹ ਸੈਂਟਰ ਦੇ ਵਿੱਚ ਦਮ ਤੋੜ ਗਿਆ। ਅਚਾਨਕ ਸਿਹਤ ਵਿਗੜੀ, ਜਿਸ ਤੋਂ ਬਾਅਦ ਇਸਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਇਸਨੇ ਦਮ ਤੋੜ ਦਿੱਤਾ। ਮੇਰਾ ਬੱਚਾ ਫੌਜ ਉਹਦੀ ਡੈਥ ਹੋ ਗਈ, ਡਿਊਟੀ ਤੇ ਸੀ ਜੀ। ਉਹ ਸਾਨੂੰ ਉਹਦੇ ਘਰ ਵਾਲੀ ਕੋਲ ਬੱਚਾ ਹੋਣ ਵਾਲਾ, ਅਤੇ ਸਰਕਾਰ ਸਾਡੀ ਕੋਈ ਬਾਂਹ ਫੜੇ, ਸਹਾਇਤਾ ਕਰੇ ਸਾਨੂੰ, ਵੀ ਵੇਖੇ ਗਰੀਬ ਬੰਦਾ ਨਹੀਂ ਗਾ। ਸ਼ਾਮ ਨੂੰ ਰੋਟੀ ਖਾ ਕੇ ਵੀਡੀਓ ਕਾਲ ਵੀ ਕੀਤੀ ਸੀ ਉਹਨਾਂ ਨੇ, ਉਸ ਤੋਂ ਬਾਅਦ ਫਿਰ ਦੁਬਾਰਾ ਫੋਨ ਆਇਆ 2 ਵਜੇ ਸੁਬਾਹ ਜੀ, ਉਹ ਕਹਿੰਦੇ ਵੀ ਇੱਦਾਂ ਕਰਕੇ ਐਮਰਜੈਂਸੀ ਜਾ ਬਿਮਾਰ ਆ, ਸਾਨੂੰ ਦੱਸਿਆ ਨਹੀਂ ਉਹਨਾਂ ਨੇ ਪੂਰਾ, ਉਹ ਕਹਿੰਦੇ ਵੀ ਐਮਰਜੈਂਸੀ 'ਚ ਆ। ਪਰ ਬਾਅਦ 'ਚ ਉਹਨਾਂ ਨੇ ਅੱਧੇ ਘੰਟੇ ਬਾਅਦ ਫੋਨ ਕਰਤਾ ਸੀਗਾ, ਉਹ ਕਹਿੰਦੇ ਵੀ ਇੱਦਾਂ ਕਰਕੇ ਵੀ ਡੈਥ ਹੋ ਗਈ ਆ। ਪਰ ਮੈਂ ਫਿਰ ਵੀ ਉਹਨਾਂ ਨੇ ਮੈਨੂੰ ਫੋਨ ਕੀਤਾ, ਮੈਂ ਘਰ ਨਹੀਂ ਦੱਸਿਆ, ਮੈਂ ਆ ਕੇ ਫਿਰ ਘਰ ਦੱਸਿਆ ਡਿਊਟੀ ਉਹਨਾਂ ਦੀ ਫਤਿਹਗੜ੍ਹ ਯੂਪੀ ਸੈਂਟਰ ਦੀ। ਗੱਲਬਾਤ ਕੋਈ ਦੱਸੀ ਵੀ ਕੀ ਗੱਲ ਬਣੀ? ਗੱਲਬਾਤ ਕੋਈ ਨਹੀਂ, ਉਹ ਕਹਿੰਦੇ ਹਜੇ ਪਤਾ ਨਹੀਂ ਲੱਗਾ ਹਜੇ। ਹਾਂਜੀ, ਇਹ ਸਿਪਾਹੀ ਧਰਮਪ੍ਰੀਤ ਸਿੰਘ ਸਾਡੇ ਹੋਣਹਾਰ ਬਹੁਤ ਵਧੀਆ ਸਿਪਾਹੀ ਸੀਗੇ। ਇਹ ਡਿਊਟੀ ਦੇ ਦੌਰਾਨ ਬਹੁਤ ਵਧੀਆ ਡਿਊਟੀ ਕੀਤੀ, ਕੁਛ ਕੁ ਬਿਮਾਰੀ ਦੇ ਕਾਰਨ ਜਿੱਤ ਹੋ ਗਈ। ਬਾਕੀ ਮਹਾਰਾਜਾ ਨੂੰ ਇੰਨੀ ਨੇ ਮਤਲਬ ਸਰਵਿਸ ਸੀ, ਬਹੁਤ ਵਧੀਆ ਕੀਤੀ ਆ। ਇਹ ਆਪਣੇ ਸਰਵਿਸ ਦੇ ਦੌਰਾਨ ਕੋਈ ਇਹਨਾਂ ਨੇ ਮਤਲਬ ਇਹੋ ਜਿਹਾ ਕੰਮ ਨਹੀਂ ਕੀਤਾ ਜੋ ਮਤਲਬ ਨਿੰਦਣ ਯੋਗ ਹੋਵੇ, ਅਸੀਂ ਸ਼ਲਾਘਾ ਕਰਦੇ ਹਾਂ। ਅਤੇ ਜੋ ਇਹਨਾਂ ਦੀ ਸੇਵਾ ਵਾ ਇੰਨੀ ਸੀ ਪਰਮਾਤਮਾ ਲਿਖੀ, ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਕਰੇ। ਸਾਡੇ ਫਰੀਦਕੋਟ ਦਾ ਮਾਣ ਹੈ ਸਾਡਾ ਨੌਜਵਾਨ ਪਿੰਡ ਭਾਗਥਲੇ ਦਾ ਧਰਮਪ੍ਰੀਤ, ਜਿਹਨੇ ਦੇਸ਼ ਦੀ ਖਾਤਰ ਆਪਦੀ ਸ਼ਹਾਦਤ ਦਿੱਤੀ ਹੈ। ਜੰਮੂ ਕਸ਼ਮੀਰ ਵਿੱਚ ਆਪਣੀ ਡਿਊਟੀ ਕਰਦੇ ਉਹਨਾਂ ਨੇ ਦੇਸ਼ ਨੂੰ ਆਪਣੀ ਜਾਨ ਦਿੱਤੀ ਹੈ। ਸੋ ਇਹ ਬਹੁਤ ਵੱਡੀ ਕੁਰਬਾਨੀ ਹੈ ਔਰ ਇਸ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖਿਆ ਜਾਊਗਾ। ਪੰਜਾਬ ਸਰਕਾਰ ਵੱਲੋਂ ਜੋ ਵੀ ਹੈਗਾ ਮੁੱਖ ਮੰਤਰੀ ਸਾਹਿਬ ਦੇ ਧਿਆਨ 'ਚ ਲੈ ਕੇ ਜਿੰਨਾ ਵੀ ਅਸੀਂ ਪਹਿਲਾਂ ਵੀ ਸ਼ਹੀਦਾਂ ਦਾ ਸਨਮਾਨ ਕਰਦੇ ਹਾਂ ਉਹ ਸਾਰਾ ਸਨਮਾਨ ਕਰਾਂਗੇ ਔਰ ਪਰਿਵਾਰ ਨੂੰ ਜਿਹੜੀਆਂ ਜਿਹੜੀਆਂ ਉਹਨਾਂ ਦੀਆਂ ਸਮੱਸਿਆਵਾਂ ਹੋਣਗੀਆਂ ਉਹ ਸਮੱਸਿਆ ਵੀ ਹੱਲ ਕਰਾਂਗੇ।